ਅਸੀਂ ਹੁਣ ਪਹੁੰਚੇ ਹਾਂ ਕੀਰਤਪੁਰ ਸਾਹਿਬ, ਅਤੇ ਕੀਰਤਪੁਰ ਸਾਹਿਬ ਆ ਕੇ ਹੁਣ ਅਸੀਂ ਪਹਿਲਾਂ ਲੰਗਰ ਛੱਕ ਲਿਆ, ਕਿਉਂਕਿ ਸਵੇਰ ਦੇ ਤੁਰੇ ਸੀ, ਅਸੀਂ ਕਿਹਾ ਵੀ ਪਹਿਲਾਂ ਲੰਗਰ ਛੱਕ ਲਈਏ। ਅਤੇ ਬਸ ਕੀਰਤਪੁਰ ਸਾਹਿਬ ਤੋਂ ਜਿਹੜਾ ਆਨੰਦਪੁਰ ਸਾਹਿਬ ਦਾ ਰਸਤਾ ਹੈਗਾ ਵਾ, ਉਹ ਰਹਿ ਜਾਂਦਾ ਤਕਰੀਬਨ 12 ਹੈ ਨਾ, 10 ਜਾਂ 12 ਕਿਲੋਮੀਟਰ ਦੇ ਮਤਲਬ ਤਕਰੀਬਨ ਰਹਿ ਜਾਂਦਾ ਵਾ। ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾ ਦਾਂਗੇ, ਦੋ ਕੇ ਆਪਾਂ ਮਿਲਦੇ ਹਾਂ ਜੀ। ਠੀਕ ਹੈ, ਅਸੀਂ ਲੰਗਰ ਪਾਣੀ ਛੱਕ ਲਿਆ, ਪਹਿਲੇ ਮੱਥਾ ਟੇਕਣਾ ਹਜੇ, ਅਤੇ ਬਾਕੀ ਤੁਹਾਨੂੰ ਅਸੀਂ ਅੰਦਰ ਮਹਾਰਾਜ ਦੇ ਦਰਸ਼ਨ ਵੀ ਕਰਾਵਾਂਗੇ। ਚਲੋ ਠੀਕ ਹੈ ਜੀ, ਆ ਜਾਓ ਫਿਰ ਆਪਾਂ ਤੁਹਾਨੂੰ ਸਰੋਵਰ ਦਿਖਾਉਂਦੇ ਹਾਂ। ਅਸੀਂ ਹੁਣ ਚੱਲੇ ਹਾਂ ਜੀ ਅਸਤ ਘਾਟ, ਜਿੱਥੇ ਅਸਥੀਆਂ ਬਹਾਈਆਂ ਜਾਂਦੀਆਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਨੇ ਇੱਥੇ 10 ਸਾਲ ਆਪਣਾ ਸਮਾਂ ਬਿਤਾਇਆ, ਤਕਰੀਬਨ 1 ਦਹਾਕਾ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਦੁਆਰਾ ਤੀਰ ਸਾਹਿਬ ਤੋਂ ਤੀਰ ਮਾਰ ਕੇ ਇਸ ਪਤਾਲਪੁਰੀ ਨੂੰ ਪ੍ਰਗਟ ਕੀਤਾ, ਅਤੇ ਗੁਰੂ ਸਾਹਿਬ ਨੇ ਫਰਮਾਨ ਕੀਤਾ ਕਿ ਸਾਡਾ ਤੀਰ ਪਤਾਲ ਵਿੱਚ ਗਿਆ ਹੈ। ਅਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਇਸ ਪਵਿੱਤਰ ਸਰੀਰ ਨੂੰ ਉਸ ਜਗ੍ਹਾ 'ਤੇ ਹੀ ਅੰਤਿਮ ਸੰਸਕਾਰ ਕੀਤਾ ਜਾਵੇ, ਅਤੇ ਉਹਨਾਂ ਦੇ ਹੁਕਮ ਅਨੁਸਾਰ ਹੀ ਇਸ ਪਵਿੱਤਰ ਸਥਾਨ 'ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਧੰਨ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਜਦੋਂ ਪਾਤਸ਼ਾਹ ਜੀ ਨੇ ਇਸ ਸਥਾਨ ਪਤਾਲਪੁਰੀ ਪ੍ਰਗਟ ਕੀਤਾ, ਉਸ ਟਾਈਮ ਵੀ ਇੱਥੇ ਸਤਲੁਜ ਦਰਿਆ ਚੱਲ ਰਿਹਾ ਸੀ, ਅਤੇ ਜੋ ਕਿ ਹੁਣ ਵੀ ਇਸ ਟਾਈਮ ਸਤਲੁਜ ਦਰਿਆ ਚੱਲ ਰਿਹਾ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਇਸ ਪਾਵਨ ਪਵਿੱਤਰ ਧਰਤੀ ਪਤਾਲਪੁਰੀ ਸਾਹਿਬ ਤੋਂ ਹੀ ਸੱਚਖੰਡ ਨੂੰ ਚਲੇ ਗਏ ਸਨ। ਉਹਨਾਂ ਦਾ ਵੀ ਹੁਕਮ ਸੀ ਕਿ ਜਦੋਂ ਅਸੀਂ ਸੱਚਖੰਡ ਚਲੇ ਜਾਵਾਂਗੇ, ਸਾਡੇ ਇਸ ਪਵਿੱਤਰ ਦੇਹੀ ਸਰੀਰ ਦਾ ਅੰਤਿਮ ਸੰਸਕਾਰ ਇਸ ਜਗ੍ਹਾ 'ਤੇ ਹੀ ਕੀਤਾ ਜਾਵੇ। ਜਦੋਂ ਵੀ ਕੋਈ ਵਿਅਕਤੀ ਪਰਿਵਾਰਕ ਵਿਛੋੜਾ ਦੇ ਜਾਂਦਾ ਹੈ ਤਾਂ ਉਸ ਦੀਆਂ ਹਸਤੀਆਂ ਫੁੱਲ ਇਸ ਚੱਲ ਰਹੇ ਸਤਲੁਜ ਦਰਿਆ ਵਿੱਚ ਹੀ ਵਹਾਈਆਂ ਜਾਂਦੀਆਂ ਨੇ। ਸੋ ਇਹ ਸੀਗਾ ਜੀ ਇਸ ਪਾਵਨ ਪਵਿੱਤਰ ਅਸਥਾਨ ਪਤਾਲਪੁਰੀ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਦਾ ਇਤਿਹਾਸ, ਜੋ ਕਿ ਆਪ ਦੇਖ ਰਹੇ ਹੋ ਕਿ ਇਹ ਸਤਲੁਜ ਦਰਿਆ ਉਸੇ ਤਰ੍ਹਾਂ ਹੀ ਵਗ ਰਿਹਾ ਹੈ, ਅਤੇ ਬਹੁਤ ਹੀ ਸਾਫ਼ ਪਵਿੱਤਰ ਜਲ ਹੈ। ਅਤੇ ਇਸ ਜਗ੍ਹਾ 'ਤੇ ਹੀ ਅਸਤ ਘਾਟ, ਜਿਸ ਨੂੰ ਵੀ ਕਹਿ ਸਕਦੇ ਹਾਂ ਕਿ ਇਸ ਜਗ੍ਹਾ 'ਤੇ ਹੀ ਮਨੁੱਖੀ ਦੇ ਸਰੀਰ ਦੀਆਂ ਹਸਤੀਆਂ ਫੁੱਲ ਵਹਾਈਆਂ ਜਾਂਦੀਆਂ ਨੇ।
ਖਿਜਲ ਕਰਦੇ ਚੱਲਿਆ ਆਨੰਦਪੁਰ ਸਾਹਿਬ ਨੂੰ ਅਤੇ ਜੋ ਕਿ ਇੱਥੋਂ ਲਗਭਗ 10 ਕਿਲੋਮੀਟਰ ਰਹਿ ਜਾਂਦਾ ਵਾ ਅਤੇ ਉੱਥੇ ਜਾ ਕੇ ਆਪਾਂ ਫਿਰ ਮਿਲਦੇ ਹਾਂ ਅਤੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਅਤੇ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਵੀ ਕਰ ਦਿਆ ਕਰੋ ਅਤੇ ਇੱਥੇ ਮਾਰਕੀਟ ਵੀ ਬਣੀ ਹੋਈ ਆ ਜੋ ਸਾਰੀ ਓਪਨ ਹੋਈ ਨਹੀਂ ਹੈਗੀ ਮਾਰਕੀਟ ਚਲੋ ਜੀ ਆਪਾਂ ਫਿਰ ਤੁਹਾਨੂੰ ਆਨੰਦਪੁਰ ਸਾਹਿਬ ਮਿਲਦੇ ਹਾਂ ਜੀ।